ਕਰਨੀ ਆ। ਫਸਟ ਟਾਈਮ ਜਦੋਂ ਮੈਂ ਚਰਚ ਵਿਚ ਆਈ ਸੀ ਮੈਨੂੰ 2 ਸਾਲ ਪਹਿਲਾਂ ਪੈਰਾਲਾਈਜ਼ ਹੋ ਗਿਆ ਸੀ, ਇੱਕ ਹਾਰਟ ਅਟੈਕ ਆਇਆ ਸੀਗਾ ਤੇ ਉਹਦੀ ਵਜ੍ਹਾ ਨਾਲ ਮੈਂ ਸਾਲ ਹੋਸਪਿਟਲ ਜਿੰਨਾ ਰਹੀ ਹਾਂ ਤਾਂ ਬਿਲਕੁਲ ਤੋਰਫੇਅਰ ਨਹੀਂ ਹੁੰਦਾ ਸੀਗਾ। ਉਸ ਤੋਂ ਬਾਅਦ ਜਦੋਂ ਮੈਂ ਫਸਟ ਟਾਈਮ ਚਰਚ ਆਈ ਸੀਗੀ ਤਾਂ ਉਸ ਦਿਨ ਵੀ ਮੇਰੇ ਕੋਲ ਬਿਲਕੁਲ ਤੋਰ ਨਹੀਂ ਹੋਈ ਸੀ, ਤੇ ਡਾਕਟਰ ਨੇ ਕਹਿ ਦਿੱਤਾ ਸੀਗਾ ਕਿ ਤੈਨੂੰ ਉਹੀ ਫੇਰ ਪ੍ਰੋਬਲਮ ਆ ਰਹੀ ਆ, ਤੇ ਜਦੋਂ ਮੈਂ ਇੱਥੋਂ ਪ੍ਰੇਅਰ ਕਰਕੇ ਗਈ ਤਾਂ ਬਿਲਕੁਲ ਠੀਕ ਹੋ ਗਈ ਤੇ ਹੌਲੀ ਹੌਲੀ ਮੈਂ ਚਰਚ ਆਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਬਾਅਦ ਚ ਮੈਂ ਬੈਪਟਿਜ਼ਮ ਲਿਆ ਤੇ ਬੈਪਟਿਜ਼ਮ ਲੈਣ ਤੋਂ ਬਾਅਦ ਤਾਂ ਮੇਰੀ ਬਿਲਕੁਲ ਲਾਈਫ ਬਦਲ ਗਈ। ਤੇ ਜਿੱਦਾਂ ਮੈਂ ਤੇ ਮੇਰੇ ਹਸਬੈਂਡ ਨੇ ਸੋਚਿਆ, ਮੇਰਾ ਬੱਚਾ ਬਿਲਕੁਲ ਨਹੀਂ ਬੋਲਦਾ ਸੀਗਾ, ਕੁਛ ਵੀ ਨਹੀਂ ਬੋਲਦਾ ਸੀ, ਡਾਕਟਰ ਨੇ ਕਿਹਾ ਸੀ ਇਹਨੇ ਬੋਲਣਾ ਨਹੀਂ ਹੈਗਾ, ਠੀਕ ਆ, ਪਿੱਛੇ ਤੋਂ ਇਹ ਸ਼ੁਰੂ ਤੋਂ ਇੱਕ ਦਿਨ ਹੈ ਕਿ ਇਹਨੇ ਬੋਲਣਾ ਨਹੀਂ, ਕਿਉਂਕਿ ਹਰ ਇੱਕ ਮਾਂ ਲਈ ਹੁੰਦਾ ਹੈ ਕਿ ਮੇਰਾ ਬੱਚਾ ਬੋਲੇ। ਤਾਂ ਅਸੀਂ ਜਦੋਂ ਵੀ ਘਰ ਹੁੰਦੇ ਸੀਗੇ ਤਾਂ ਅਸੀਂ ਹਸਬੈਂਡ ਵਾਈਫ ਦੋਨੇ ਰੋਂਦੇ ਸੀ ਕਿ ਸਾਡਾ ਬੱਚਾ ਬੋਲੇ ਮਾਂ ਜਾਂ ਪਾਪਾ ਕਹੇ, ਤਾਂ ਮੇਰਾ ਬਿਲਕੁਲ ਬੱਚਾ ਨੀ ਬੋਲਦਾ ਸੀਗਾ। ਤਾਂ ਮੈਂ ਕਾਫੀ ਰੋਂਦੀ ਸੀਗੀ ਤੇ ਰੱਬ ਮੈਂ ਤੈਨੂੰ ਇੰਨਾ ਮੰਨਦੀ ਆ ਕਿ ਮੇਰਾ ਕਾਹਤੇ ਨੀ ਬੱਚਾ ਬੋਲਦਾ, 2.5 ਸਾਲ ਦਾ ਹੋ ਗਿਆ ਤੇ ਖੁਦਾ ਨੇ ਹੁਣ ਇੰਨੀ ਕਿਰਪਾ ਕੀਤੀ ਆ ਕਿ ਮੇਰਾ ਬੱਚਾ ਮੰਮਾ ਪਾਪਾ ਵੀ ਕਹਿੰਦਾ। ਤੇ ਮੰਮਾ ਮੁਕਤੀ ਹੋਈ ਆ, ਮੈਂ ਖੁਦਾ ਦਾ ਇੰਨਾ ਧੰਨਵਾਦ ਕਰਦੀ ਹਾਂ ਕਿ ਮੇਰੇ ਇੰਨਾ ਜ਼ਿੰਦਗੀ ਵਿੱਚ ਕੰਮ ਕੀਤਾ, ਕਿਉਂਕਿ ਖੁਦਾ ਕਹਿੰਦਾ ਕਿ ਤੂੰ ਮੇਰੇ ਵਿੱਚ ਵਿਸ਼ਵਾਸ ਕਰ, ਮੈਂ ਤੈਨੂੰ ਮੰਗਣ ਤੋਂ ਪਹਿਲਾਂ ਹੀ ਦੇ ਦਿੰਦਾ ਹੈ। ਆਮੇਨ। ਤੇ 2 ਸਾਲ ਹੋ ਗਏ ਸੀ ਸਾਡੀ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਤੇ ਉਹਦੇ ਵਿੱਚ ਅਸੀਂ ਇੰਨੇ ਕੁ ਫਸੇ ਹੋਏ ਸੀਗੇ ਕਿ ਸਾਡੀਆਂ ਤਰੀਕਾਂ ਪੈ ਰਹੀਆਂ ਸੀ। 20 ਤਰੀਕ ਨੂੰ ਜਦੋਂ ਅਸੀਂ ਕੋਰਟ ਵਿੱਚ ਗਏ ਤਾਂ ਉੱਥੇ ਕੋਰਟ ਵਿੱਚ ਜਿੰਨੇ ਵੀ ਕੇਸ ਸੀਗੇ ਹਰ ਇੱਕ ਨੂੰ ਸਜ਼ਾ ਮਿਲ ਰਹੀ ਸੀ, ਕਿਸੇ ਨੂੰ 45 ਦਿਨ ਦੀ, ਕਿਸੇ ਨੂੰ 60 ਦਿਨ ਦੀ ਤੇ ਕਿਸੇ ਨੂੰ 2 ਸਾਲ ਦੀ। ਉਸ ਟਾਈਮ ਜਸਪ੍ਰੀਤ ਭੈਣ ਮੇਰੀ ਨਾਲ ਗਈ ਸੀ, ਮੇਰੇ ਹਸਬੈਂਡ ਨੇ, ਮੈਂ ਕੰਮ ਤੇ ਸੀ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਅੱਜ ਨਾ ਸਾਰਿਆਂ ਨੂੰ ਸਜ਼ਾ ਮਿਲ ਰਹੀ ਆ ਤੇ ਪਤਾ ਨੀ ਕੀ ਹੋਣਾ। ਮੈਂ ਕਿਹਾ ਕਿ ਤੁਸੀਂ ਖੁਦਾ ਵਿੱਚ ਵਿਸ਼ਵਾਸ ਰੱਖੋ, ਖੁਦਾ ਆਪਣੇ ਨਾਲ ਆ ਤਾਂ ਆਪਾਂ ਨੂੰ ਚੰਗਿਆਈ ਮਿਲੂਗੀ। ਤੇ ਜਦੋਂ ਅਸੀਂ ਕੋਰਟ ਵਿੱਚ ਸਵੇਰ ਨੂੰ 9 ਵਜੇ ਸੀਗਾ ਜੱਜ ਨੇ ਡਿਸੀਜਨ ਦੇਣਾ ਤੇ ਜੱਜ ਨੇ ਕਹਿੰਦਾ ਹੱਲੇ ਨੀ ਤੁਸੀਂ ਜਾਓ, ਮੈਂ ਹੱਲੇ ਨੀ ਕੁਛ ਵੀ ਕਹਿਣਾ। ਤੇ 11:30 ਵਜੇ ਜੱਜ ਨੇ ਸਾਨੂੰ ਅੰਦਰ ਇਹਨਾਂ ਨੂੰ ਬੁਲਾਇਆ ਤੇ ਜਿੱਦਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਇਦਾਂ ਕੇਸ ਆ ਤਾਂ ਉਹਨਾਂ ਨੂੰ ਸਜ਼ਾ ਨੀ ਦਿੱਤੀ, ਬਲਕਿ ਉਹਨਾਂ ਨੇ ਕਹਿਤਾ ਕਿ ਤੁਹਾਡੀ 3 ਤਰੀਕ ਨੂੰ ਅਸੀਂ ਡਿਸੀਜਨ ਸੁਣਾ ਦੇਣਾ ਆ ਕਿ ਬਾਕੀਆਂ ਨੇ ਜਿੰਨੇ ਵੀ ਗਏ ਸੀ ਉਹਨਾਂ ਨੂੰ ਸਜ਼ਾ ਹੋਈ ਤੇ ਸਜ਼ਾ ਤੋਂ ਛੁੱਟ ਕੇ ਘਰ ਆਏ ਆ, ਤਾਂ ਹੁਣ 3 ਤਰੀਕ ਨੂੰ ਸਾਡਾ ਆਖਰੀ ਡਿਸੀਜਨ ਹੋਊਗਾ। ਸਾਡੇ ਨਾਲ ਚੰਗਾ ਕਰੇਗਾ ਤੇ ਸਾਡਾ ਕੇਸ ਫ੍ਰੀ ਹੋ ਜਾਊਗਾ, ਜਿਹਦੇ ਵਿੱਚ ਮੈਂ ਇੰਨਾ ਕੁ ਫਾਈਨ ਭਰ ਚੁੱਕੀ ਆ ਕਿ ਮੈਨੂੰ ਪਤਾ ਕਿ ਉਹ ਕਿੱਦਾਂ ਕੀਤਾ, ਪਰ ਉਹ ਸਾਰਾ ਕੁਛ ਮੇਰੇ ਖੁਦਾ ਨੇ ਕੀਤਾ ਆ ਤੇ ਹੁਣ 3 ਤਰੀਕ ਨੂੰ ਵੀ ਜਿਹੜਾ ਫੈਸਲਾ ਹੋਊਗਾ ਉਹ ਮੇਰਾ ਖੁਦਾ ਕਰੂਗਾ। ਮੈਂ ਵਿੱਚ ਵਿਸ਼ਵਾਸ ਆ ਉਹਨੇ ਇੰਨਾ ਕੁਛ ਮੇਰੀ ਜ਼ਿੰਦਗੀ ਵਿੱਚ ਕੀਤਾ ਤਾਂ ਅੱਗੇ ਵੀ ਸਾਰਾ ਕੁਛ ਚੰਗਾ ਕਰੇਗਾ। ਤੇ ਮੈਂ ਨਾਲੇ ਸਾਰਿਆਂ ਨੂੰ ਇਨਵਾਈਟ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਮੇਰਾ ਬੱਚਾ ਧਰਮਵੀਰ ਆ ਉਹਦਾ ਡੈਡੀਕੇਸ਼ਨ ਆ ਤੇ ਉਹਦਾ ਅਸੀਂ ਬਰਥਡੇ ਪਾਰਟੀ ਮਨਾਉਣੀ, ਸਾਰਿਆਂ ਲਈ ਆਉਣਾ ਬਿਲਕੁਲ। ਥੈਂਕ ਯੂ ਕਹਿਣਾ ਚਾਹੁੰਦੀ ਹਾਂ ਆਪਣੇ ਪਾਸਟਰ, ਆਪਣੇ ਪਾਸਟਰਾਂ ਦਾ, ਪਾਸਟਰ ਜੌਨੀ ਦਾ, ਪਾਸਟਰ ਡਾਇਗੋ ਦਾ, ਜਿਨ੍ਹਾਂ ਦੇ ਕਰਕੇ ਅਸੀਂ ਅੱਜ ਮੈਂ ਬਿਲਕੁਲ ਠੀਕ ਆ। ਤੇ ਮੈਂ ਆਪਣੇ ਸਾਰੇ ਭੈਣ ਭਰਾਵਾਂ ਤੇ ਖੁਦਾ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਮੈਨੂੰ ਸ਼ਿਫਾ ਦਿੱਤੀ ਹੈ।